ਚਲੋ ਉਹ ਤਾਂ ਇੱਕ ਵਾਰ ਅੰਦਰ ਪਹਿਲੇ ਤਾਂ ਪ੍ਰਸ਼ਨ ਕਾਲ ਹੋਊਗਾ, ਉਹਦੇ ਬਾਅਦ ਜ਼ੀਰੋ ਆਰ ਜੇ ਮਿਲਦਾ ਫਿਰ ਉਹਦੇ ਵਿੱਚ ਹੈਗੇ ਕੋਈ ਦੋ ਤਿੰਨ ਮਸਲੇ ਉਹ ਰੇਜ਼ ਕਰਾਂਗੇ। ਪਰ ਨਹੀਂ, ਪਰ ਮੈਂ ਕੁਝ ਚੀਜ਼ਾਂ 'ਚ ਵੈਸੇ ਹੈਰਾਨ ਹਾਂ। ਇੱਕ ਤੁਹਾਨੂੰ ਛੋਟਾ ਜਿਹਾ ਉਦਾਹਰਣ ਦੇਣਾ ਚਾਹੁੰਦਾ ਵੀ ਕਈ ਵਾਰ ਸਰਕਾਰ ਦੀ ਵਰਕਿੰਗ ਬਜਟ ਸੈਸ਼ਨ ਦੇ ਦੌਰਾਨ FM ਸਾਹਿਬ ਨੇ ਉਹ ਸਪੀਚ ਪੜ੍ਹ ਕੇ ਵੀ ਦੱਸਤੀ। ਮੈਂ ਉਦਾਹਰਣ ਜਿਹੜਾ ਦੇਣਾ ਚਾਹ ਰਿਹਾ ਵੀ ਅਬੋਹਰ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਚਿੱਲੀ ਪਲਾਂਟ ਇੱਕ ਇਸਟੈਬਲਿਸ਼ ਕਰਾਂਗੇ। ਸਰਕਾਰ ਨੂੰ ਆਹ ਹੀ ਨਹੀਂ ਪਤਾ ਵੀ ਉਹ 4 ਸਾਲਾਂ ਤੋਂ ਚਿੱਲੀ ਪਲਾਂਟ ਤਾਂ ਚੱਲ ਰਿਹਾ। ਤੇ ਮਤਲਬ ਛੋਟੀ ਛੋਟੀ ਚੀਜ਼ਾਂ ਹੈ, ਦੈਟ ਸ਼ੋਜ਼ ਦ ਸੀਰੀਅਸਨੈਸ। ਜਾਂ ਕੋਈ ਜਿਹੜੇ ਵੀ ਅਫਸਰ ਉਫਸਰ ਉਹ ਵੈਟਿੰਗ ਕਰਕੇ ਸਰਕਾਰ ਨੂੰ ਦੇ ਰਹੇ ਹੈ ਵੀ ਇਹ ਤਾਂ ਬੇਸਿਕ ਚੀਜ਼ਾਂ ਹੁੰਦੀ ਹੈ ਐਂਡ ਉਹਨਾਂ ਦੀ ਕਰਨੀ ਚ ਕਥਨੀ ਚ ਕਾਫੀ ਬਹੁਤ ਫਰਕ ਹੈ। ਮੈਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਜੀ, ਕਿਉਂਕਿ ਆਪਾਂ ਇੱਕ ਨਸ਼ਾ ਛੁਡਾ ਕੇ ਆਪਾਂ ਦੂਜੇ ਨਸ਼ੇ 'ਚ ਲਾਉਣਾ ਚਾਹੁੰਦੇ। ਮੈਂ ਅਗਰ ਮੈਂ ਸਾਡੇ ਏਰੀਏ ਦਾ ਉਦਾਹਰਣ ਦੇਵਾਂ, ਇਹੋ ਜਿਹੇ ਕਿਸਾਨ ਜਾਂ ਜ਼ਮੀਂਦਾਰ ਪਰਿਵਾਰ ਹੈ ਜਿਨ੍ਹਾਂ ਕੋਲ ਇੱਕ ਟਾਈਮ 500-500 ਕਿੱਲੇ ਪੈਲੀ ਸੀ, ਅੱਜ ਉਹ 10-10 ਕਿੱਲਿਆਂ 'ਚ ਆ ਗਏ ਹੈ ਉਸ ਤੇ ਅਫੀਮ ਦੇ ਨਸ਼ੇ ਦੇ ਕਰਕੇ। ਅਤੇ ਇਸ ਕਰਕੇ ਬਹੁਤ ਸੋਚ ਸਮਝ ਕੇ, ਮਤਲਬ ਕਿਉਂਕਿ ਸਰਕਾਰ ਦਾ ਆਪਾਂ ਇੱਕ ਪਾਸੇ ਕਹਿ ਰਹੇ ਵੀ ਨਸ਼ੇ ਨੇ ਪੰਜਾਬ ਦਾ ਜਿਹੜਾ ਨਸ਼ਾ ਹੈ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਰਿਹਾ, ਪੰਜਾਬ ਦੇ ਆਪਣੇ ਗੱਭਰੂ ਨੌਜਵਾਨ ਅੱਜ ਕੱਲ੍ਹ ਫੌਜ ਦੀ ਜਦੋਂ ਭਰਤੀ ਹੁੰਦੀ ਹੈ ਉਹਦੇ ਵਿੱਚ ਉਹ ਫਿਜ਼ੀਕਲੀ ਕੁਆਲੀਫਾਈ ਨਹੀਂ ਕਰ ਰਹੇ। ਆਪਾਂ ਕਿਸ ਪਾਸੇ ਇਸ ਨੂੰ ਡਿਬੇਟ ਨੂੰ ਲੈ ਕੇ ਜਾ ਰਹੇ? ਲੇਕਿਨ ਯੈਸ, ਇਹਦੇ ਉੱਤੇ ਗੰਭੀਰ ਚਰਚਾ ਹੋਣੀ ਚਾਹੀਦੀ। ਆਹ ਨਹੀਂ ਵੀ ਆਪਾਂ ਪੋਸਟ ਦੀ ਗੱਲ ਕਰਤੀ ਸਾਰਿਆਂ ਨੇ ਤਾਲੀ ਮਾਰਤੀ। ਇਟਸ ਅ ਵੈਰੀ ਸੀਰੀਅਸ ਇਸ਼ੂ। ਕੁਲਵੰਤ ਸਿੰਘ ਵਾਜੀਕਰ ਵਿਧਾਨ ਸਭਾ ਦੇ ਅੰਦਰ ਸਦਨ ਦੇ ਅੰਦਰ ਇਹ ਗੱਲਬਾਤ ਕਹਿੰਦੇ ਹੋਏ ਨਜ਼ਰ ਆਉਂਦੇ ਸੀ ਕਿ ਲੋਕਾਂ 'ਚ ਜਾਣਾ ਯੂਰਪ ਦੇ ਵਿੱਚ, ਅਮਰੀਕਾ ਦੇ ਵਿੱਚ ਵੀ ਕਈ ਥਾਂ ਜਿੱਥੇ ਆ ਸ਼ੁਰੂ ਕੀਤਾ ਸੀ ਉੱਥੇ ਸਰਕਾਰਾਂ ਉਸ ਫੈਸਲੇ ਨੂੰ ਵਾਪਸ ਕਰ ਰਹੀ ਹੈ ਬਹੁਤ ਗੰਭੀਰਤਾ ਨਾਲ, ਕਿਉਂਕਿ ਆਪਣੇ ਕੋਲ ਕੋਈ ਤੱਥ ਤਾਂ ਕੀ ਹੈ, ਕੀ ਕਿਹੜੇ ਤੱਥ ਹੈ ਆਪਣੇ ਕੋਲ, ਕਿਹੜੀ ਸਟੱਡੀ ਹੈ? ਉਹ ਜਿਹੜਾ ਬਜ਼ੁਰਗਾਂ ਦਾ ਹਵਾਲਾ ਦਿੰਦੇ ਨੇ, ਕਹਿੰਦੇ ਬਜ਼ੁਰਗ ਖਾਂਦੇ ਸੀ, ਬਜ਼ੁਰਗਾਂ ਦੀ ਏਜ ਜਿਹੜੀ ਹੈ ਉਹ ਵੱਧਦੀ ਸੀ, ਇਹ ਵੀ ਕਹਿੰਦੇ ਨਜ਼ਰ ਆਏ ਕਿ ਇਸ ਦੇ ਨਾਲ ਕਿਸੇ ਦੀ ਮੌਤ ਨਹੀਂ ਹੋਈ। ਜਸਟਿਸ ਸਿੰਥੈਟਿਕ ਸਰ, ਮੌਤ ਹੋ ਸਕਦਾ, ਮੌਤ ਨਾ ਹੋਈ ਹੋਵੇ, ਪਰ ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ ਵੀ ਲੋਕਾਂ ਦੀ ਪੈਲੀ ਵਿਕ ਗਈ, ਲੋਕਾਂ ਦੇ ਧੰਦੇ ਖਤਮ ਹੋ ਗਏ, ਹੈ ਤਾਂ ਨਸ਼ਾ ਹੀ ਨਾ ਜੀ, ਆਹ ਵੀ ਨਸ਼ਾ ਹੀ ਹੈ। ਪਰ ਜਿਹੜੀ ਕਿਸਾਨਾਂ ਦੀ ਆਰਥਿਕਤਾ ਨਾਲ ਜੋੜ ਕੇ ਦੇਖੀਏ, ਹਾਂਜੀ, ਕਿਸਾਨਾਂ ਨੂੰ ਮੁਨਾਫਾ ਮਿਲੇ, ਫਾਰਮਾਸਿਟੀਕਲ ਕੰਪਨੀਆਂ ਇਹਦੇ ਨਾਲ ਇਨਵੋਲਵ ਹੁੰਦੀਆਂ ਨੇ, ਤਾਂ ਬੈਨੀਫਿਟ ਬਹੁਤ ਨੇ। ਜਨਾਬ ਜੀ, ਮੇਰਾ ਅਗੇਨ ਇਹਦੇ ਉੱਤੇ ਪਹਿਲੇ ਗੰਭੀਰਤਾ ਨਾਲ ਚਰਚਾ ਤਾਂ ਹੋਵੇ। ਆਪਾਂ ਇਹ ਜਿਹੜੀ ਵੀ ਗੱਲਾਂ ਹੈ ਸੁਣੀ ਸੁਣਾਈ, ਕੋਈ ਤੱਥ ਕਿੱਥੇ ਹੈ? ਜਿਹੜੀ ਕੋਈ ਸਟੱਡੀ ਹੈ, ਕੋਈ PGI ਦੀ ਸਟੱਡੀ, ਕੋਈ ਏਮਸ ਦੀ ਸਟੱਡੀ, ਕੋਈ ਜਿਹੜੇ ਕੋਈ ਸਾਇੰਟਿਸਟ ਹੈ ਉਹਨਾਂ ਦੀ ਸਟੱਡੀ? ਆਪਾਂ ਮਤਲਬ ਇੰਨਾ ਗੰਭੀਰ ਮੁੱਦਾ ਤੇ ਆਪਾਂ ਇਹਨੂੰ ਇੰਨੇ ਨੌਨ ਸੀਰੀਅਸ ਤਰੀਕੇ ਨਾਲ ਆਪਾਂ ਇਹਨੂੰ ਡਿਸਕਸ ਕਰ ਰਹੇ ਹਾਂ, ਉਸ ਗੱਲ ਦੇ ਮੈਨੂੰ ਥੋੜ੍ਹੀ ਜਿਹੀ ਸ਼ੰਕਾਵਾਂ ਮੇਰੀ ਹੈਗੀ ਹੈ। ਇਟ ਇਜ਼ ਅ ਵੈਰੀ ਸੀਰੀਅਸ ਇਸ਼ੂ, ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ, ਲੇਕਿਨ ਇਹ ਜਿਸ ਤਰੀਕੇ ਨਾਲ ਇਸ ਡਿਬੇਟ ਨੂੰ ਆਪਾਂ ਹੈਂਡਲ ਕਰ ਰਹੇ ਹਾਂ ਉਹ ਆਈ ਥਿੰਕ ਇਹਨੂੰ ਬਹੁਤ ਸੀਰੀਅਸਲੀ ਮੁੱਦੇ ਨੂੰ ਲੈਣਾ ਚਾਹੀਦਾ। ਤੁਸੀਂ ਖੇਤੀ, ਚਲੋ ਕਿੰਨੂ ਦੀ ਖੇਤੀ ਤੁਸੀਂ ਕਿੰਨੂ ਦੇ ਏਰੀਏ ਚ ਹੈਗੇ ਹੋ, ਜਿਹਨੂੰ ਅਸੀਂ ਇਸ ਵਾਰ ਕਿੰਨੂ ਦੀ ਖੇਤੀ ਦਾ ਬਹੁਤ ਨੁਕਸਾਨ ਹੋਇਆ ਹੈ, ਤੇ ਉਸ ਦਾ ਮੁੱਦਾ ਚੱਕੋਗੇ ਕਿਉਂਕਿ ਕਿਸਾਨ ਲਗਾਤਾਰ MSP ਦੀ ਗੱਲ ਕਰਦੇ, ਪਰ ਕਿੰਨੂ ਦਾ ਜਿਹੜੀ ਖੇਤੀ ਸਾਲ ਦੀ ਫਸਲ ਹੁੰਦੀ ਹੈ? ਨਹੀਂ, ਉਹ ਦੇਖੋ ਮੁੱਦਾ ਮੈਂ ਚੱਕਿਆ ਵੀ ਹੈ, ਮੈਂ ਉੱਥੇ ਅੰਦਰ ਗੱਲ ਕੀਤੀ ਸੀ ਵੀ ਆਪਾਂ ਡਾਈਵਰਸੀਫਿਕੇਸ਼ਨ ਦੀ ਗੱਲ ਕਰ ਰਹੇ ਹਾਂ, ਤੇ ਸਾਡੇ ਏਰੀਏ ਨੇ ਕਿਉਂਕਿ ਪਾਣੀ ਹੈ ਨਹੀਂ ਸਾਡੇ ਕੋਲੇ, ਅਸੀਂ ਟਿਊਬਵੈਲ ਦਾ ਬਟਨ ਨਹੀਂ ਨੱਪ ਸਕਦੇ ਕਿਉਂਕਿ ਹੇਠਲਾ ਪਾਣੀ ਜਿਹੜਾ ਖਾਰਾ ਹੈ, ਤੇ ਉਹਦੇ ਵਾਸਤੇ ਅਸੀਂ ਹੁਣ ਸਾਡੇ ਕਿੰਨੂ ਦੇ ਬਾਗ ਵੀ ਖਰਾਬ ਹੋ ਰਹੇ, ਉਜੜ ਰਹੇ, ਅਸੀਂ ਉਹਨਾਂ ਨੂੰ ਪੱਟ ਰਹੇ ਹਾਂ ਐਂਡ ਜਿਹੜੀ ਬੇਸਿਕ ਪ੍ਰੋਬਲਮ ਹੈ ਜਿਹੜਾ ਕਿੰਨੂ ਦਾ ਨੁਕਸਾਨ, ਕਿੰਨੂ ਚਲੋ ਇੱਕ ਉਦਾਹਰਣ ਹੈ, ਹੁਣ ਅਸੀਂ ਨਾਖ ਤੇ ਆੜੂ ਤੇ ਅਮਰੂਦ ਪਾਸੇ ਜਾ ਰਹੇ ਹਾਂ, ਲੇਕਿਨ ਬੇਸਿਕ ਇਸ਼ੂਜ਼ ਉਹੀ ਹੈ
ਵੀ ਕਿਸਾਨ ਨੂੰ ਗਾਈਡ ਕੌਣ ਕਰ ਰਿਹਾ। ਪਹਿਲੇ ਪ੍ਰੋਬਲਮ ਕੀ ਆਈ ਸੀ ਵੀ ਬੂਟੇ ਜਿਹੜੇ ਸੀਗੇ ਉਹ ਉਹਨਾਂ ਤੇ ਕੰਟਰੋਲ ਨਹੀਂ ਸੀ, ਕਿੱਥੋਂ ਆ ਰਹੇ, ਕਿਹੜੀ ਨਰਸਰੀਜ਼ ਤੋਂ ਆ ਰਹੇ ਹੈ। ਐਂਡ ਆਈ ਚੀਜ਼ ਹੁਣ ਹੈ ਜਿਹੜੇ ADOs ਹੈ, ਜਿਹੜੇ ਖੇਤੀਬਾੜੀ ਨੀਤੀ ਦੀ ਮੈਂ ਗੱਲ ਕੀਤੀ ਸੀ ਪਹਿਲੇ ਦਿਨ, ਇਕੱਲੇ ਮੈਂ ਹੀ ਗੱਲ ਕੀਤੀ ਸੀ ਵੀ ਖੇਤੀਬਾੜੀ ਸੂਬਾ ਹੈ ਤੇ ਆਪਣੇ ਕੋਲ ਖੇਤੀਬਾੜੀ ਨੀਤੀ ਹੈ ਨਹੀਂ, ਆਪਾਂ ਸਾਰੇ ਕਿਸਾਨ ਦੀ ਗੱਲ ਕਰਦੇ ਹਾਂ, ਫਿਰ ਕਿਸਾਨ ਨੂੰ ਕਿੱਥੇ ਲੈ ਕੇ ਜਾਣਾ ਚਾਹੁੰਦੇ, ਉਹਦਾ ਰੋਡ ਮੈਪ ਕੋਈ ਹੈ ਨਹੀਂ, ਤੇ ਕਿਵੇਂ ਆਪਾਂ ਫਿਰ ਨਹੀਂ ਉਹਦੇ ਵਿੱਚ ਜਿਹੜੀ ਗੱਲ ਹੈ ਵੀ ਉਹ ਮਾਈਨੋਰਿਟੀਜ਼ ਜਿਹੜੇ ਪਰਸੀਕਿਊਟ ਹੋ ਰਹੇ ਬਾਕੀ ਸੂਬਿਆਂ 'ਚ, ਤੇ ਮਤਲਬ ਇਟਸ ਸਟੈਪ ਇਨ ਦਾ ਰਾਈਟ ਡਾਇਰੈਕਸ਼ਨ।